ਇਸ ਲਈ ਤੁਹਾਨੂੰ ਪਲਾਸਟਿਕ ਦੇ ਕੱਪ, ਸਟਰਾਅ, ਗੂੰਦ ਅਤੇ ਬਾਲ ਪੈਨ ਦੇ ਰੀਫਿਲ ਦੀ ਲੋੜ ਹੈ। ਸਭ ਤੋਂ ਪਹਿਲਾਂ ਪੁਰਾਣੀ ਬਾਲ ਪੈਨ ਦੀ ਰੀਫਿਲ ਨੂੰ ਕੱਪ ਵਿੱਚ ਫਸਾਓ। ਉਸ ਤੋਂ ਬਾਅਦ ਸਕੁਅਰਸ ਨੂੰ ਦੂਜੇ ਤੇ ਦੇ ਉੱਤੇ ਰੱਖੋ, ਇੱਕ ਦੂਜੇ ਦੇ ਉੱਤੇ ਰੱਖੋ। ਫਿਰ ਚਾਰ ਅੱਧੇ ਪਲਾਸਟਿਕ ਦੇ ਕੱਪਾਂ ਨੂੰ ਉਸ ਦੇ ਉੱਤੇ ਰੱਖ ਕੇ ਆਪਣੇ ਰਾਊਂਡ ਅਬਾਊਟ ਲਈ ਸੀਟਾਂ ਤਿਆਰ ਕਰੋ। ਰੰਗ ਬਿਰੰਗੀ ਸਟਰੋਜ਼ ਨਾਲ ਛੋਟੇ ਛੋਟੇ ਬੱਚੇ ਬਣਾਓ ਅਤੇ ਫਿਰ ਉਹਨਾਂ ਨੂੰ ਸੀਟਾਂ ਉੱਤੇ ਗੂੰਦ ਨਾਲ ਚਿਪਕਾਓ। ਫਿਰ ਤੁਸੀਂ ਸਕੁਅਰਸ ਨੂੰ ਰਿਫਿਲ ਉੱਤੇ ਰੱਖੋ। ਅੰਤ ਵਿੱਚ ਆਪਣੇ ਰਾਊਂਡ ਅਬਾਊਟ ਨੂੰ ਘੁਮਾਓ ਅਤੇ ਆਰਾਮ ਨਾਲ ਚਲਾਓ। ਸਾਰੇ ਮਾਡਲ ਨੂੰ ਪੱਖੇ ਥੱਲੇ ਰੱਖ ਕੇ ਤੁਸੀਂ ਵੇਖੋਗੇ ਕਿ ਬੜੀ ਤੇਜ਼ੀ ਨਾਲ ਘੁੰਮਦਾ ਹੈ ਅਤੇ ਬਹੁਤ ਸੋਹਣਾ ਲੱਗਦਾ ਹੈ।